ਜੇਲ੍ਹ ਵਿੱਚ ਬੰਦ ਪੁੱਤਰ ਦੀ ਜ਼ਮਾਨਤ ਲਈ ਇਕੱਠੇ ਕੀਤੇ 4 ਲੱਖ ਰੁਪਏ ਤੇ ਘਰ ਦਾ ਸਮਾਨ ਨੌ ਵੱਲੋਂ ਲੈ ਕੇ ਰਫੂ ਚੱਕਰ ਹੋਣ ਦੇ ਕਥਿਤ ਤੌਰ ਤੇ ਦੋਸ਼ ਲਾਏ ਜਾਣ ਸੰਬੰਧੀ ਮਾਮਲਾ ਸਾਹਮਣੇ ਆਇਆ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਮੀਤ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਪਿਛਲੇ 2 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸਦੀ ਜ਼ਮਾਨਤ ਲਈ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਪਾਸੋਂ 4 ਲੱਖ ਰੁਪਏ ਇਕੱਠੇ ਕੀਤੇ ਸੀ, ਜੋ ਕਿ ਉਸਦੀ ਨੌਂਹ ਕੋਲ ਸੀ। ਪੀੜਤ ਗੁਰਮੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਤੜਕੇ ਜਦੋਂ ਉਹ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਉਸਦੀ ਨੌਂਹ 4 ਲੱਖ ਰੁਪਏ ਅਤੇ ਘਰ ਦਾ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਗਈ। ਉਹਨਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਿੱਚ ਉਸਦੀ ਨੌਂਹ ਤੋਂ ਇਲਾਵਾ ਨੌਂਹ ਦੇ ਮਾਤਾ ਪਿਤਾ ਅਤੇ ਭੈਣ ਵੀ ਸ਼ਾਮਲ ਨੇ। ਹਰਪਾਲ ਸਿੰਘ ਮੇਰਾ ਬੱਚਾ ਵਾ ਅਤੇ ਮੇਰੀ ਨੌਂਹ ਹਰਪਿੰਦਰ ਕੌਰ, ਅਤੇ ਉਹ ਬੱਚੇ 'ਤੇ ਕੇਸ ਕੋਈ ਗਲਤ ਪੈ ਗਿਆ ਅਤੇ ਉਹ ਫੜੇ ਹੋ ਗਈ, 2.5 ਸਾਲ ਹੋ ਗਏ ਆ, ਅਤੇ ਉਹਨੂੰ ਛਡਾਉਣ ਵਾਸਤੇ ਅਸੀਂ ਮਤਲਬ ਪੈਸੇ ਇਕੱਠੇ ਕਰਦੇ ਹਾਂ ਅਤੇ ਕਰਕੇ ਰੱਖੇ ਸੀਗੇ, ਅਤੇ ਕੱਲ੍ਹ 4 ਵਜੇ ਦੇ ਖਰਾਲ ਹੋ ਗਈ। ਸਮਾਨ ਵੀ ਸਾਰਾ ਬੱਚੇ ਨੇ ਬਣਾਇਆ ਲੈ ਗਈ, ਪੈਸਾ ਵੀ ਲੈ ਗਈ, ਨੌਂ ਰਾਣੀ ਲੈ ਗਈ ਹਰਪਿੰਦਰ ਕੌਰ 4 ਲੱਖ ਰੁਪਈਆ ਲੈ ਗਈ ਅਤੇ ਕੱਲ੍ਹ ਤੜਕੇ 4 ਵਜੇ ਦੀ ਨਹੀਂ, ਸਮਾਨ ਸਾਰਾ ਹੀ ਮਤਲਬ ਚਮਚੇ ਤੱਕ ਨਹੀਂ ਛੱਡ ਕੇ ਗਈ, ਸਾਰਾ ਹੀ ਲੈ ਗਈ ਘਰ ਦਾ ਸਮਾਨ। ਹਾਂਜੀ, ਦਰਖਾਸਤ ਦਿੱਤੀ ਹੈ ਕੱਲ੍ਹ ਵੀ ਇੱਥੇ ਸਾਡੇ ਕੋਲ ਪਿਛਲੇ 5 ਸਾਲ ਤੋਂ ਕਿਰਾਏ 'ਤੇ ਰਹਿ ਰਹੇ ਹਰਪਿੰਦਰ ਕੌਰ, ਇਹਨਾਂ ਦੇ ਪਤੀ ਦਾ ਨਾਂ ਹਰਪਾਲ ਸਿੰਘ ਆ, ਜੋ ਕਿ ਪਿੱਛੇ ਜੇਲ੍ਹ 'ਚ ਰਹਿ ਰਿਹਾ, ਸਜ਼ਾ ਕੱਟ ਰਿਹਾ, ਅਤੇ ਕੱਲ੍ਹ ਇਹ ਸਵੇਰੇ 4:15 ਵਜੇ ਦੀ ਗੱਲ, ਸਾਰਾ ਘਰ ਦਾ ਸਮਾਨ ਲੈ ਕੇ 4.5 ਲੱਖ ਰੁਪਈਆ ਲੈ ਕੇ ਇਹ ਫਰਾਰ ਹੋ ਚੁੱਕੀ ਹੈ ਸਵੇਰੇ, ਅਤੇ ਜੋ ਵੀ ਇੱਥੇ ਬਣਦੀ ਕਾਰਵਾਈ ਕੀਤੀ ਜਾਵੇ। ਇਹਨੇ ਬਿਨਾਂ ਦੱਸਿਓ ਸਾਨੂੰ ਪੁੱਛਿਆ ਸਾਰਾ ਕੁਛ ਇਹ ਕੀਤਾ ਆਪਣੇ ਪੈਰਾਂ ਸਿਰ 'ਤੇ, ਇੱਥੇ ਜੋ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਸਾਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੈ। ਸਾਰੀ ਕਾਲ ਡਿਟੇਲਾਂ ਹੋਣ, ਸਾਰੀ ਨੰਬਰ ਟਰੇਸ ਹੋਵੇ, ਅਤੇ ਇਹਦਾ ਪਤਾ ਲੱਗੇ ਵੀ ਕਿਹੜੇ ਬੰਦੇ ਦਾ ਕਿਹੜਾ ਹੱਥ ਪਿੱਛੇ, ਇਹਦੇ ਬਾਕੀ ਇਹਦੇ ਘਰਦਿਆਂ ਦਾ ਵੀ ਪੂਰਾ ਹੱਥ ਆ, ਜਿਹੜੇ ਚੇਰੀ ਕੁੜੀ ਦੀ ਮਾਂ ਦਾ, ਕੁੜੀ ਦੀ ਇੱਕ ਭੈਣ ਸਿੰਗਾਪੁਰ ਰਹਿੰਦੀ, ਉਹਨੇ ਇਹਨੂੰ ਚੁੱਕਣਾ ਦਿੱਤੀ ਕਿ ਤੂੰ ਪੈਸੇ ਲੈ ਕੇ ਆ ਜਾ, ਮੈਂ ਤੈਨੂੰ ਸਿੰਗਾਪੁਰ ਲੈ ਕੇ ਜਾਊਂਗੀ, ਇਹ ਤਾਂ ਕਰਕੇ ਇਹਨੇ ਆ ਸਟੈਪ ਚੁੱਕਿਆ। ਬਾਕੀ ਸਾਨੂੰ ਇਹ ਨਹੀਂ ਪਤਾ ਕਿ ਕੁੜੀ ਦੀ ਕਿਸੇ ਨਾਲ ਗੱਲਬਾਤ ਚੱਲਦੀ ਜਾਂ ਕੀ ਚੱਲਦੀ ਆ, ਸਾਨੂੰ ਤਾਂ ਤੁਹਾਡੀ ਮਦਦ ਚਾਹੀਦੀ ਆ। ਮੈਂ ਭਾਅ ਜੀ ਆਪਣੇ ਸਹੁਰੇ ਗਿਆ ਸੀ, ਮੈਨੂੰ ਮਗਰੋਂ ਗਲੀ 'ਚੋਂ ਕਿਸੇ ਦਾ ਫੋਨ ਆਇਆ ਵਾ ਵੀ ਤੁਹਾਡੀ ਇੱਦਾਂ ਲੜਕੀ ਤੁਹਾਡੇ ਘਰੇ ਰਹਿੰਦੀ, ਉਹ ਜਾ ਰਹੀ ਆ, ਕਿਉਂ ਜਾ ਰਹੀ ਆ। ਮੈਂ ਫਿਰ ਆਇਆ ਜੀ ਭਾਅ ਜੀ 6:45 ਵਜੇ ਇੱਥੇ, ਮੈਂ ਜਦੋਂ ਆ ਕੇ ਮੌਕਾ ਵੇਖਿਆ ਜੀ ਉਦੋਂ ਤੱਕ ਜਾ ਚੁੱਕੇ ਸਾਰਾ ਸਮਾਨ ਲੈ ਕੇ, ਲਾਗੇ ਪਾਸੇ ਗਲੀ ਗੁਆਂਢ ਦੀ ਕਹਿਣ ਦੀ ਗੱਲ ਹੈ ਵੀ 4-5 ਜਣੇ ਮੂੰਹ ਬੱਧੇ ਹੋਏ ਸੀ, ਅਤੇ ਬਲੈਰੋ ਡਾਲੇ ਵਾਲੀ ਗੱਡੀ ਹੈ ਜੀ 'ਚ ਸਮਾਨ ਰੱਖਿਆ, ਬੈੱਡ ਵੀ ਲੈ ਗਏ, ਅਲਮਾਰੀ ਵੀ ਲੈ ਗਏ, ਫਰਿੱਜ ਵੀ ਲੈ ਗਏ, ਭਾਂਡਾ ਚੰਨਾ ਜੋ ਵੀ ਪੈਸਾ ਧੇਲਾ ਕੱਪੜਾ ਲੀੜਾ ਸਭ ਕੁਛ ਲੈ ਕੇ ਫਰਾਰ ਹੋ ਗਏ। ਇਹ ਮਸਲਾ ਇਸ ਤਰ੍ਹਾਂ ਵੀ ਇਹਨੇ ਨਾ ਲਵ ਮੈਰਿਜ ਕਰਵਾਈ ਸੀ, ਅਤੇ ਲਵ ਮੈਰਿਜ ਤੋਂ ਬਾਅਦ ਮਤਲਬ ਠੀਕ ਠਾਕ ਚੱਲਦਾ ਰਿਹਾ ਕੰਮ, ਮੁੜ ਕੇ ਉਹਦਾ ਘਰ ਵਾਲਾ ਥੋੜ੍ਹਾ ਨਾ ਮਤਲਬ ਅਪਰਾਧੀ ਟਾਈਪ ਦਾ ਬੰਦਾ, ਉਹਦੇ ਤੋਂ ਕੋਈ ਗੋਲੀਆਂ ਗਲੀਆਂ ਫਿਰੋਜ਼ ਪਰ ਫੜੀਆਂ ਗਈਆਂ ਨਸ਼ੇ ਵਾਲੀਆਂ, ਉਹ ਜੇਲ੍ਹ 'ਚ ਬੰਦ ਆ, ਅਤੇ ਇੱਥੋਂ ਹੁਣ ਇਹ ਕੱਲ੍ਹ ਸਾਨੂੰ ਸ਼ਾਮੀ ਦਰਖਾਸਤ ਨੂੰ ਸ਼ੁਰੂ ਹੋਈ ਹੈ ਵੀ ਇੱਦਾਂ ਸਾਡੀ ਕਿਰਾਏ ਜਿਹੜੇ ਕਿਰਾਏ ਦੇ ਮਕਾਨ 'ਤੇ ਜਿਹਨਾਂ ਕੋਲ ਰਹਿੰਦੇ ਸੀ ਉਹ ਬੰਦੇ ਸਾਡੇ ਕੋਲ ਆਏ ਦਰਖਾਸਤ ਦੇ ਕੇ ਵੀ ਸਾਡੇ ਕਿਰਾਏਦਾਰ ਨਹੀਂ ਅਤੇ ਆਪਣਾ ਸਮਾਨ ਲੈ ਕੇ, ਲਾਗੇ ਇੱਕ ਭੀਆ ਰਹਿੰਦਾ ਉਹਦੀ LCD ਲੈ ਕੇ ਚਲੇ ਗਈ ਆ, ਆਪਣਾ ਸਾਰਾ ਸਮਾਨ ਚੁੱਕ ਕੇ ਇੱਥੋਂ ਕਿਤੇ ਜਾ ਚੁੱਕੇ ਆ। ਵੇਖੋ ਜੀ ਪੜਤਾਲ ਚੱਲ ਰਹੀ ਹੈ, ਪਹਿਲਾਂ ਤਾਂ ਕੋਈ 5-6 ਲੱਖ ਵਾਲੀ ਗੱਲ ਸਾਹਮਣੇ ਨਹੀਂ ਆਈ, ਹੁਣ ਇਹਨਾਂ ਆ ਕੇ ਸਾਨੂੰ ਦੱਸਿਆ ਘੰਟਾ ਪਹਿਲਾਂ ਥਾਣੇ ਮਿਲੇ ਸੀ ਮੈਨੂੰ ਆਹ ਗੱਲ ਹੈ, ਉਹਦੀ ਪੜਤਾਲ ਕਰ ਰਹੇ ਹਾਂ। ਤਰਨ ਤਾਰਨ ਤੋਂ ਪੰਜਾਬੀ ਸਰਗਰਮੀਆਂ ਲਈ ਸਾਗਰ ਅਰੋੜਾ ਦੀ ਰਿਪੋਰਟ।